ਪੰਜਾਬ ਦੇ ਮੁੱਖ ਮੰਤਰੀ ਤੇ ਕਾਂਗਰਸ ਪਾਰਟੀ ਨੇ ਜੋ ਵਾਅਦੇ ਪੰਜਾਬ ਦੀ ਜਨਤਾ ਨਾਲ ਕਰਕੇ ਸੱਤਾ ਹਾਸਲ ਕੀਤੀ ਸੀ, ਹੁਣ ਕਾਂਗਰਸ ਪਾਰਟੀ ਆਪਣੇ ਵਾਅਦਿਆਂ ਤੋਂ ਭੱਜ ਰਹੀ ਹੈ। ਬੀਜੇਪੀ ਹਾਈ ਕਮਾਂਡ ਤੋਂ ਮਿਲੇ ਆਦੇਸ਼ ਤੋਂ ਬਾਅਦ ਪੰਜਾਬ ਸਰਕਾਰ ਨੂੰ ਆਪਣੇ ਵਾਅਦੇ ਯਾਦ ਕਰਵਾਉਣ ਅਤੇ ਪੂਰੇ ਕਰਵਾਉਣ ਦੇ ਲਈ ਬਟਾਲਾ ਬੀਜੇਪੀ ਨੇ ਜ਼ਿਲ੍ਹਾ ਸਤਰੀਏ ਰੋਸ ਪ੍ਰਦਰਸ਼ਨ SDM ਦਫ਼ਤਰ ਦੇ ਸਾਹਮਣੇ ਕੀਤਾ, ਜਿਸ ਵਿੱਚ ਬੀਜੇਪੀ ਦੇ ਨੇਤਾਵਾਂ ਅਤੇ ਵਰਕਰਾਂ ਨੇ ਸਰਕਾਰ ਦੇ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਅੱਜ ਜਿਹੜਾ ਪੰਜਾਬ ਦੇ ਅੰਦਰ ਚੁਣਾਓ ਜਿਹੜਾ ਹੋਇਆ ਸੀ, ਇਹ ਵਿਧਾਨ ਸਭਾ ਦੇ ਚੁਣਾਓ ਦੇ ਅੰਦਰ ਜਿਹੜੇ ਜਨਤਾ ਦੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦੇ ਪੂਰੇ ਨਾ ਹੋਣ ਕਰਕੇ ਸਰਕਾਰ ਦੇ ਖਿਲਾਫ਼ ਭਾਰਤੀ ਜਨਤਾ ਪਾਰਟੀ ਪੰਜਾਬ ਪ੍ਰਦੇਸ਼ ਵੱਲੋਂ ਔਰ ਇਹ ਜ਼ਿਲ੍ਹਾ ਪੱਧਰ ਦੇ ਉੱਤੇ ਧਰਨੇ ਜਿਹੜੇ ਆ ਉਹ ਇਸ ਰੋਸ਼ ਵਜੋਂ ਦਿੱਤੇ ਜਾ ਰਹੇ ਆ ਵੀ ਉਹਨਾਂ ਕਿਸਾਨਾਂ ਦੇ ਕਰਜ਼ੇ ਤਿੰਨ ਤਰ੍ਹਾਂ ਦੇ ਕਿਹਾ ਸੀ ਸਰਕਾਰ ਨੇ ਮਾਫ਼ ਕਰਾਂਗੇ, ਜਿਹਦੇ ਵਿੱਚ ਆੜਤ ਦਾ ਕਰਜ਼ਾ, ਜਿਹਦੇ ਵਿੱਚ ਬੈਂਕਾਂ ਦਾ ਕਰਜ਼ਾ, ਜਿਹਦੇ ਵਿੱਚ ਲੋਕ ਆਪਣਾ ਸਰਕਾਰ ਦਾ ਕੋਈ ਵੀ ਬੈਂਕਾਂ ਕੋਪਰੇਟਿਵ ਦਾ ਕਰਜ਼ਾ। ਅੱਜ ਤੱਕ ਕਿਸਾਨਾਂ ਨੂੰ ਕੋਈ ਰਾਹਤ ਜਿਹੜੀ ਆ, ਜਿਹੜੇ ਕਰਜ਼ੇ ਮਾਫ਼ ਕੀਤੇ ਸੀ ਉਸ ਗੱਲ ਤੋਂ ਬੈਂਕ ਆ ਕੇ ਸਰਕਾਰ ਜਿਹੜੀ ਆ ਪਲਟ ਗਈ ਆ। ਇਹਨੇ ਲੋਕਾਂ ਦੇ ਕੰਮ ਤਾਂ ਕੀ ਕਰਨੇ ਸੀ, ਕੰਮ ਵਿਗਾੜ ਦਿੱਤੇ ਨੇ। ਅਸੀਂ ਦੇਖੀਏ ਕਿਸਾਨਾਂ ਦਾ ਬੁਰਾ ਹਾਲ ਹੈ, ਇਹਨਾਂ ਨੇ ਕਿਹਾ ਸੀ ਕਿਸਾਨਾਂ ਦਾ ਆਉਂਦਿਆਂ ਹੀ ਕਰਜ਼ ਮਾਫ਼ ਕਰਾਂਗੇ, ਕਰਜ਼ ਤਾਂ ਮਾਫ਼ ਕੀ ਹੋਣਾ, ਉਹਨਾਂ ਨੂੰ ਅੰਦਰ ਕੀਤਾ ਜਾ ਰਿਹਾ ਔਰ ਬਿਜਲੀ ਦੇ ਰੇਟ ਇਹਨਾਂ ਨੇ ਕਿਹਾ ਸੀ ਘਟਾ ਕੇ ਦੇਵਾਂਗੇ, ਬਿਜਲੀ ਦੇ ਰੇਟ ਇਹਨਾਂ ਨੇ 1 ਅਪ੍ਰੈਲ ਤੋਂ ਹੀ ਲਗਾ ਦਿੱਤੇ ਆ। ਇੰਡਸਟਰੀ ਦਾ ਬਹੁਤ ਬੁਰਾ ਹਾਲ ਹੈ, ਕੋਈ ਵੀ ਪੰਜਾਬ 'ਚ ਇੰਡਸਟਰੀ ਲਾਉਣ ਨੂੰ ਤਿਆਰ ਨਹੀਂ ਹੈ, ਸਰਕਾਰ ਸੁੱਤੀ ਪਈ ਹੈ, ਸਰਕਾਰ ਨੂੰ ਆਪਣਾ ਦਾਇਤਵ ਸਮਝਣਾ ਚਾਹੀਦਾ, ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਣਾ ਚਾਹੀਦਾ। ਗੁਰਦਾਸਪੁਰ ਤੋਂ ਰਸ਼ਪਾਲ ਬਿੱਟੂ ਦੀ ਰਿਪੋਰਟ, ਚੈਨਲ 2।